पूछना ये मगरों गलत काम कर रहा थी कि सानू साड़ी मानती नहीं कोई भी घर नहीं आती बड़े बड़े दिन तो पोते मेरे नूं ही धक्के मार के बाहर कर दिंदी सी इत्थे गेट नूं मारी आ स्कूटरी आण के तीन चार के जाने उत्थे पिछे खड़ोते रहे आ सानू पता नहीं उहदे ही भैण भरा ही तो उन्हां को हथियार भी हैगे सी कुछ पुरस्कार के रहिंदा जी चार साल हो गए मसला ये मगरों गलत काम कर रहा थी तो सानू साड़ी मानती नहीं कोई भी घर नहीं आती बड़े बड़े दिन तो पोते मेरे नूं भी धक्के मार के बाहर कढ़ दिंदी सी उस मुंडे नूं घर वाड़दी सी ते फिर कुछ चिर पा के ये नठ गई हाँ घरों नठ गई नूं हो गया साल एक साल हो गया ना साढ़े पोते नूं उन्हें कवाया ना कभी उन्हें फोन नहीं किया तो हूँ वो स्कूले चुकन जाती रही आ ये डरदा स्कूले भी नहीं करते रहे अं तो हूँ फिर वो दबके अज फिर पई नाल लेके होर चार पांच मैंबर उसके नाल सीगे वो पई कली इतने गेट नूं मारी आ स्कूटरी आण के तीन चार के जाने उत्थे पिछे खड़ोते रहे सानू पता नहीं उहदे ही भैण भरा ही तो उन्हां को हथियार भी है कुछ वो कहती भी मैं घर मेरा मैं इत्थे आना तो मुंडे नूं मैं खाना मुंडा कहिंदा मैं नहीं जाना मैं इत्थे रहना दादी दादे को अहीं वी आने ना घर आवे अहीं कहा भी सानू उहदे को खतरा वा घर नहीं आउणी चाहीदी अहीं इहो मंग करदे भी साडी खलासी हो जाए बच्चा साडा पोता वा सानू खतरा उह किते खड़ के मार ना दे फिर अहीं कित्थों लभांगे इहनूं इहो जी जनानी का कोई पता नहीं तवार नहीं हुंदा वो खड़ के मरवा दे अपने उन्हें तो कई बनाए आ मेरे डैडी सर बाहर रहिंदे ने चार साल हो गए उन्होंने बाहर गया नूं ते ओह मेरी मेरी मम्मा नूं घरों गए नूं एक साल हो गया वा ते मैनू नहीं पता उन्हां दी की गल ही हाँ जी ते ओह मैनू मतलब चुकना चाहुंदे ने ते मैनू उन्हां तों खतरा वा किस मुंडे दा उन्हां दे मतलब चक्कर चलदा सी हाँ जी साल हो गया उन्हां दे चक्कर चलदे दा किस मुंडे दा हाँ जी मैनूं कहो नहीं सर ओह मैनूं चुकना चाहुंदे ने ਵੀ ਉਹ ਮੈਨੂੰ ਮਰਵਾ ਦੇਣੇ ਚਾਹੁੰਦੇ ਨੇ ਵੀ ਉਹ ਮੈਂ ਉਹਨੂੰ ਆਪਣੇ ਨਾਲ ਖੜ ਕੇ ਅਤੇ ਮੈਂ ਉਹਨੂੰ ਮਰਵਾ ਦੇਣਾ ਵਾ ਅਤੇ ਸਰ ਮੈਂ ਆਪਣੇ ਸਕੂਲ ਵੀ ਨਹੀਂ ਜਾ ਸਕਦਾ ਅਤੇ ਹੁਣ ਮੇਰਾ ਸਕੂਲ ਨਾ ਕੱਟਿਆ ਜਾਣ ਡਿਆ ਸਰ ਮੈਂ ਨਾ ਡਰਦਾ ਸਕੂਲੇ ਜਾਂਦਾ ਨਾ ਸਰ ਮੈਂ ਘਰੋਂ ਬਾਹਰ ਨਿਕਲਦਾ ਸਰ ਉਹ ਸਰ ਰਾਜ ਮੈਨੂੰ ਚੁੱਕਣ ਪੈਂਦੇ ਨੇ ਸਰ ਕੱਲ੍ਹ ਵੀ ਮੈਨੂੰ ਚੁੱਕਣ ਪਏ ਨੇ ਅੱਜ ਫਿਰ ਸਰ ਚੁੱਕਣ ਪਏ ਨੇ ਅੱਜ ਸਰ ਉਹਨਾਂ ਦਾ ਇੱਕ ਭਰਾ ਸੀ ਅਤੇ ਇੱਕ ਉਹਨਾਂ ਦੀ ਮਤਲਬ ਭਾਬੀ ਜੀ ਸੀ ਅਤੇ ਇੱਕ ਉਹਨਾਂ ਦੀ ਭੈਣ ਸੀ ਅਤੇ ਇੱਕ ਉਹ ਖੁਦ ਸੀ ਕੁਛ ਨਹੀਂ ਵੀ ਤੂੰ ਸਾਡੇ ਨਾਲ ਆ ਜਾ ਹਾਂਜੀ ਸਰ ਮੈਂ ਕੀਤੀ ਸੀ ਕੁਛ ਨਹੀਂ ਸਰ ਬਸ ਉਹ ਰਿਪੋਰਟ ਲਿਖ ਕੇ ਲੈ ਜਾਂਦੇ ਹਜੇ ਸਰ ਕੋਈ ਨਿਬੜਿਆ ਨਹੀਂ ਮੈਂ ਸਰ ਕੁਛ ਨਹੀਂ ਵੀ ਮੈਨੂੰ ਮੇਰੀ ਪ੍ਰੋਟੈਕਸ਼ਨ ਦਿੱਤੀ ਜਾਵੇ ਨਹੀਂ ਸਰ ਮੈਂ ਆਪਣੇ ਦਾਦਾ ਦਾਦੀ ਕੋਲ ਰਹਿਣਾ ਚਾਹੁੰਦਾ ਮੇਰੀ ਮਾਂ ਕੋ ਮੈਨੂੰ ਬਚਾਇਆ ਜਾਵੇ ਮੈਂ ਪ੍ਰਸ਼ਾਸਨ ਨੂੰ ਇਹੋ ਕਰਦਾ ਅਪੀਲ ਸਹਿਲਪ੍ਰੀਤ ਸਿੰਘ ਸਾਨੋ ਪੁਲਵਿੰਦਰ ਸਿੰਘ ਨੇ ਆਪਣੀ ਮਾਤਾ ਰਾਜਵਿੰਦਰ ਕੌਰ ਪਤਨੀ ਪੁਲਵਿੰਦਰ ਸਿੰਘ ਦੇ ਖਿਲਾਫ਼ ਦਰਖਾਸਤ ਦਿੱਤੀ ਸੀ 112 'ਤੇ ਜਿਹਦੇ ਸੰਬੰਧ 'ਚ ਅਸੀਂ ਤਜਿੰਦਰ ਸਿੰਘ ਮੌਕੇ 'ਤੇ ਗਏ ਸੀ ਜਿਹੜੀ ਰਾਜਵਿੰਦਰ ਕੌਰ ਦਾ ਅਤੇ ਇਸਦੇ ਪਤੀ ਦਾ ਆਪਸ 'ਚ ਕੋਰਟ ਵਿੱਚ ਸਿਵਲ ਕੇਸ ਚੱਲ ਰਿਹਾ ਠੀਕ ਆ ਜੀ ਇੱਕ ਸਾਲ ਤੋਂ ਅਤੇ ਜਿਹੜੀ ਰਾਜਵਿੰਦਰ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ ਉਹ ਚਾਹੁੰਦੀ ਹੈ ਵੀ ਮੇਰੇ ਕੇਸ ਚੱਲਣ ਦੇ ਬਾਵਜੂਦ ਮੈਨੂੰ ਤਾਂ ਮੈਂ ਆਪਣੇ ਘਰ ਵਿੱਚ ਦਾਖਲ ਹੋਵਾਂ ਅਤੇ ਜਿਹੜਾ ਉਹਦਾ ਲੜਕਾ ਉਹ ਕਹਿੰਦਾ ਵੀ ਜਿਹਨਾਂ ਚਿਰ ਕੇਸ ਚੱਲਦਾ ਉਹਨਾਂ ਚਿਰ ਅਸੀਂ ਘਰ ਜੋ ਕੋਰਟ ਫੈਲ ਕਰੀ ਸੀ ਵਿੜਦੇ ਤਾਂ ਇਹ ਕਿਹਾ ਵੀ ਸਾਨੂੰ ਆਣ ਕੇ ਗੇਟ ਖੜਕਾਉਂਦੀ ਅਤੇ ਕਾਲੀ ਕਲੋਜ ਕਰਦੀ ਧੱਕੇ ਨਾ ਇਹ ਰਾਜਵਿੰਦਰ ਕੌਰ ਧੱਕੇ ਨਾਲ ਅੰਦਰ ਵੜਨਾ ਚਾਹੁੰਦੀ ਹੈ ਘਰ ਦੇ ਵਿੱਚ ਦਾਖਲ ਹੋਣਾ ਬੱਚੇ ਦੀ ਮਾਂ ਇਹਦੇ ਸੰਬੰਧ ਵਿੱਚ ਆਪਾਂ ਮੌਕਾ ਵੇਖਣ ਗਏ ਸੀ ਮੌਕੇ ਦਾ ਆਣ ਕੇ ਰਾਪਟਰ ਲਿਖ ਦਿੱਤੀ ਹੈ ਕੋਰਟ ਵਿੱਚ ਕੇਸ ਚੱਲਦਾ ਠੀਕ ਹੈ ਜੋ ਕੋਰਟ ਫੈਸਲਾ ਕਰੇਗੀ ਦੋਵਾਂ ਪਾਰਟੀ ਨੂੰ ਬੱਚਾ ਕਹਿੰਦਾ ਮਾਂ ਮੈਨੂੰ ਜ਼ਬਰਦਸਤੀ ਖੜਨਾ ਚਾਹੁੰਦੀ ਮੈਂ ਸਕੂਲ ਨਹੀਂ ਡਰਦਾ ਜਾਂਦਾ ਇਦਾਂ ਦੀ ਗੱਲ ਕੋਈ ਵੇਖਣ ਡਰਾਇਤ ਧਮਕਾ ਜਾ ਰਿਹਾ ਸਾਨੂੰ ਕੋਈ ਤਾਂ ਨਿਕਲ ਨਹੀਂ ਸਾਡੇ ਨੂੰ ਨਹੀਂ ਚਾਹੀਦਾ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਤਾਂ ਕਿਉਂ ਹੋ ਪਰੇਸ਼ਾਨ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਅੰਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ 100% ਗਾਰੰਟੀ ਨਾਲ ਗੈਟ ਯੋਰ ਐਕਸ ਲਵ ਬੈਕ ਇਨ ਯੋਰ ਲਾਈਫ ਪਰੇਸ਼ਾਨੀ ਜਿਵੇਂ ਕਿ ਪ੍ਰੇਮ ਵਿਆਹ ਚ ਰੁਕਾਵਟ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਵਿਦੇਸ਼ ਚ ਪੱਕਾ ਹੋਣਾ ਔਲਾਦ ਸੁਖ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਵਸ਼ੀਕਰਨ ਕਰਵਾਓ ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ ਵਿੱਚ ਕਰੋ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ